ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ। ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ, ਅਤੇ ਫਸਲਾਂ ਦੇ ਨਾਲ ਪਸ਼ੂ ਪਾਲਣ ਵੀ ਜੁੜਿਆ ਹੁੰਦਾ ਹੈਗਾ। ਆਪਾਂ ਕਾਫੀ ਪਹਿਲਾਂ ਉਸ ਦੇ ਉੱਤੇ ਇੰਟਰਵਿਊ ਕੀਤੀਆਂ ਅਤੇ ਉਹਨਾਂ ਇੰਟਰਵਿਊਆਂ ਦੇ ਸਵਾਲ ਵੀ ਬਹੁਤ ਜ਼ਿਆਦਾ ਆਏ ਆ, ਕਿਉਂਕਿ ਛੋਟੇ ਪੱਧਰ ਅਤੇ ਵੱਡੇ ਪੱਧਰ 'ਤੇ ਇਹ ਕਿੱਤਾ ਇੱਕ ਆਮਦਨ ਦਾ ਵੱਡਾ ਹਿੱਸਾ ਹੈਗਾ। ਅਤੇ ਆਪਣੇ ਨਾਲ ਪਸ਼ੂ ਮਾਹਰ ਡਾਕਟਰ ਜੀਵਨ ਗੁਪਤਾ ਜੀ ਮੌਜੂਦ ਹੈਗੇ ਆ, ਜਿਹੜੇ ਕਿ ਬੜਾ ਜ਼ੋਰ ਲਾਉਂਦੇ ਆ, ਬੜੀ એનર્ਜੀ ਖਰਚ ਕਰਦੇ ਹੈਗੇ ਆ, ਤੇ ਤੁਸੀਂ ਉਹਨਾਂ ਦਾ ਚੈਨਲ ਵੀ ਦੇਖਦੇ ਹੈਗੇ ਹੋ ਡਾਕਟਰ ਜੀਵਨ ਗੁਪਤਾ ਡੇਅਰੀ ਫਾਰਮਿੰਗ ਤੇ YouTube ਤੇ। ਤੇ ਇਹਨਾਂ ਦੀਆਂ ਵੀਡੀਓ ਲੰਬੀਆਂ ਹੁੰਦੀਆਂ, ਬੜੀਆਂ ਕੰਮ ਦੀਆਂ ਹੁੰਦੀਆਂ, ਤੇ ਪਰ ਡੇਅਰੀ ਫਾਰਮਿੰਗ ਦੇ ਵਿੱਚ ਖਰਚ ਵੀ ਬਹੁਤ ਜ਼ਿਆਦਾ ਆ, ਮਿਹਨਤ ਵੀ ਬਹੁਤ ਜ਼ਿਆਦਾ ਆ, ਸਵਾਲ ਵੀ ਬਣਦੇ ਹੈਗੇ ਜੇ ਕੋਈ ਨਵਾਂ ਬੰਦਾ ਉਹਦੇ ਵਿੱਚ ਆ ਰਿਹਾ ਹੈਗਾ। ਤਾਂ ਮੇਰੇ ਸਵਾਲ, ਅਸੀਂ 6 ਮਹੀਨਿਆਂ ਬਾਅਦ ਮਿਲੇ, ਮੇਰੇ ਸਵਾਲ ਤਾਂ ਫਿਰ ਤੁਹਾਨੂੰ ਪਤਾ ਹੋਰ ਵੀ ਜ਼ਿਆਦਾ ਹੋਣਗੇ। ਤੇ ਤੁਹਾਨੂੰ ਇਹ ਇੰਟਰਵਿਊ ਤੇ ਜਿਹੜਾ ਸਮਾਂ ਖਰਚਣ ਕਰਨ ਦਾ ਮੌਕਾ ਮਿਲ ਰਿਹਾ ਹੈਗਾ, ਇਹ ਬੇਸ਼ਮੁੱਲਾ ਹੋਵੇਗਾ। ਤੇ ਆਪਾਂ ਸਮਾਂ ਜ਼ਿਆਦਾ ਨਹੀਂ ਖਰਾਬ ਕਰਦੇ ਹੈਗੇ ਤੇ ਮੇਨ ਮੁੱਦਿਆਂ ਤੇ ਸ਼ੁਰੂ ਕਰਦੇ ਹੈਗੇ ਆ, ਕਿਉਂਕਿ ਸਵਾਲ ਗਾਵਾਂ ਮੱਝਾਂ ਕੱਟੀਆਂ ਵੱਛੀਆਂ ਦੇ ਨਾਲ ਸਿਹਤ ਨਾਲ ਜੁੜੇ, ਉਹਨਾਂ ਦੀ ਖੁਰਾਕ ਨਾਲ ਜੁੜੇ ਹੋਣਗੇ। ਤੇ ਸਾਰਾ ਜਿਹੜਾ ਇੰਟਰਵਿਊ ਹੈਗਾ ਤੁਸੀਂ ਮੁਕੰਮਲ ਦੇਖਿਓ, ਤੇ ਫਿਰ ਆਪਣੇ ਤੁਸੀਂ ਜਿਹੜੇ ਵਲਵਲੇ ਆ ਉਹ ਕਮੈਂਟਾਂ ਵਿੱਚ ਦੱਸ ਸਕਦੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਗਰ ਸਾਡੀ ਸਾਰੀ ਆਡੀਅੰਸ ਤੁਹਾਨੂੰ ਬਹੁਤ ਪਸੰਦ ਕਰਦੀ ਹੈਗੀ। ਧੰਨਵਾਦ। ਸਾਡਾ ਇੱਕ ਸਵਾਲ ਮੇਨ ਆ ਜੀ, ਨਵੀਆਂ ਜਿਹੜੀਆਂ ਤਿਆਰ ਹੋ ਰਹੀਆਂ ਇਕੱਠੀਆਂ ਵੱਛੀਆਂ, ਉਹਨਾਂ ਨੂੰ ਸਾਈਲੇਜ ਕਦੋਂ ਪਾਉਣਾ ਚਾਹੀਦਾ ਤੇ ਕੀ ਇਹ ਫਾਇਦੇਮੰਦ ਆ, ਜਾਂ ਆਪਾਂ ਨੂੰ ਉਹਨਾਂ ਨੂੰ ਕਿਸੇ ਫੀਡ ਤੇ ਰੱਖੀ? ਦੇਖੋ, ਸਾਈਲੇਜ ਬਾਰੇ ਨਾ ਭ੍ਰਾਂਤੀਆਂ ਬੜੀਆਂ ਹੋ ਗਈਆਂ, ਵਹਿਮ ਭਰਮ ਬੜੇ ਹੋ ਗਏ। ਹਾਂਜੀ। ਔਰ ਕੁਛ ਕਮੀਆਂ ਵੀ ਹੈਗੀਆਂ, ਕਮੀਆਂ ਵੱਡੀਆਂ ਹੈਗੀਆਂ ਸਾਈਲੇਜ ਦੇ ਵਿੱਚ, ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਸਾਈਲੇਜ ਦੇ ਵਿੱਚ ਪਹਿਲਾਂ ਕਦੋਂ ਪਾਉਣ ਤੋਂ ਪਹਿਲਾਂ, ਪਹਿਲੀ ਗੱਲ ਤਾਂ ਇਹ ਵੀ 3 ਮਹੀਨੇ ਤੱਕ ਜੁਗਾਲੀ ਕਰਨ ਵਾਲਾ ਸਿਸਟਮ ਬੰਦ ਹੈ। ਠੀਕ ਹੈ ਜੀ। 3 ਮਹੀਨੇ ਤੱਕ ਹਰਾ ਪੱਠਾ ਤੂੜੀ ਪਰਾਲੀ ਹਜ਼ਮ ਕਰਨ ਦੀ ਸ਼ਕਤੀ ਹੁੰਦੀ ਨਹੀਂ, 70-75 ਦਿਨ ਤੋਂ ਬਾਅਦ ਸਾਨੂੰ ਪਹਿਲਾਂ ਤੂੜੀ ਪਾਉਣੀ ਚਾਹੀਦੀ ਹੈ। ਇੱਕ ਚਮਚਾ ਰੋਜ਼ ਦਾ ਕਾਫ ਸਟਾਰਟਰ ਪੈਂਦਾ ਹੈ ਨਾ। 3 ਮਹੀਨੇ 'ਤੇ ਸ਼ੁਰੂ ਹੁੰਦਾ ਹਰਾ ਚਾਰਾ, ਉਦੋਂ ਪਹਿਲਾਂ ਸੁੱਕਾ ਚਾਰਾ ਸ਼ੁਰੂ ਹੁੰਦਾ, ਜਿਵੇਂ ਸਾਡੇ ਕੋਲ ਬਰਸੀਮ ਦਾ ਇਹ ਹੋ ਗਿਆ ਹੈ ਨਾ, ਬਰਸੀਮ ਸੁਕਾਇਆ ਹੋ ਗਿਆ। ਹੁਣ ਅਸੀਂ ਗੱਲ ਕਰਦੇ ਹਾਂ 3 ਮਹੀਨੇ 'ਤੇ ਸ਼ੁਰੂ ਕਰ ਸਕਦੇ ਸੀ ਅਚਾਰ। ਅਚਾਰ ਦੇ ਵਿੱਚ ਔਸਤਨ ਅਸੀਂ ਇਹ ਕਹਿੰਦੇ ਹਾਂ ਵੀ 70% ਪਾਣੀ ਹੁੰਦਾ, 30% ਸੁੱਕਾ ਮਾਦਾ ਹੁੰਦਾ। ਪਰ ਇਹ ਕਈ ਵਾਰੀ ਕਿਤਾਬਾਂ 'ਚ ਹੁੰਦਾ, ਸੱਚੀ ਮੁੱਚੀ ਨਹੀਂ ਹੁੰਦਾ। ਕਈ ਵਾਰ ਸੱਚੀ ਮੁੱਚੀ ਅਸੀਂ ਦੇਖਦੇ ਹਾਂ 75% ਪਾਣੀ ਹੁੰਦਾ, 25% ਸੁੱਕਾ ਮਾਦਾ ਹੁੰਦਾ। ਦੋ ਚੀਜ਼ਾਂ ਦੇਖਣੀਆਂ ਜੀ ਅਚਾਰ ਦੇ ਵਿੱਚ ਅਸੀਂ। ਪਹਿਲੀ ਗੱਲ ਇਹ ਹੈ ਵੀ ਜੇ ਅਚਾਰ ਸਾਨੂੰ ਭਾਵੇਂ ਗੰਢਾਂ ਵਾਲਾ, ਭਾਵੇਂ ਟੋਏ ਵਾਲਾ, ਭਾਵੇਂ ਬੰਕਰ ਵਾਲਾ, ਬੰਕਰ ਵਾਲਾ ਜਿੱਥੇ ਕੰਧਾਂ ਕੀਤੀਆਂ ਵੀ, ਤੁਸੀਂ ਭਾਵੇਂ ਗੰਢਾਂ 'ਚ ਲਿਆ, ਭਾਵੇਂ ਟੋਏ 'ਚ, ਠੀਕ ਹੈ ਜੀ, ਅਚਾਰ ਜੇ ਤੁਹਾਨੂੰ ਹੱਥ ਲਾਏ ਤਾਂ ਉਹ ਗਿੱਲਾ ਗਿੱਲਾ ਲੱਗਦਾ। ਇਹਦਾ ਮਤਲਬ ਉਹਨੂੰ 10-12 ਘੰਟੇ ਦੀ 1 ਇੰਚ ਮੋਟੀ ਪਰਤ 'ਤੇ ਫਰੋਲ ਕੇ ਸੁਕਾਉਣਾ ਜ਼ਰੂਰੀ ਹੈ। ਧੁੱਪੇ ਜਾਂ ਛਾਵੇਂ? ਧੁੱਪੇ, ਠੀਕ ਹੈ। ਫਰੋਲ ਕੇ ਸੁਕਾਉਣਾ ਜ਼ਰੂਰੀ ਹੈ, ਫਰੋਲਣਾ ਜ਼ਰੂਰੀ। ਇਹ ਨੋਟ ਕਰ ਲਓ ਜੀ ਕਿਸਾਨ ਭਰਾਵੋ, ਕਈ ਵਾਰੀ ਆਪਾਂ ਸੱਜਰਾ ਹੀ ਖਵਾਉਂਦੇ ਹਾਂ ਐਨੀਮਲ ਨੂੰ ਅਤੇ ਉਹ ਨੁਕਸਾਨ ਕਰਦੇ ਨੇ। ਜੋ ਅਸੀਂ ਫਰੋਲਦੇ ਹੋ ਨਾ ਜੀ, ਘੰਟੇ ਘੰਟੇ ਉਹਨੂੰ ਮਾੜਾ ਮੋਟਾ ਤਰੰਗਲੀ ਨਾਲ ਫਰੋਲ ਦਿੰਦੇ ਆਪਾਂ, ਉਹ ਸੁੱਕਦਾ ਫੇਰ ਹੀ ਹੈ, ਪਾਣੀ ਦੀ ਮਾਤਰਾ ਘੱਟ ਜਾਂਦੀ, ਪਾਣੀ ਦੀ ਮਾਤਰਾ ਘੱਟ ਜਾਂਦੀ ਹੈ। ਜਦੋਂ ਅਚਾਰ ਸੁੱਕਣਾ ਸ਼ੁਰੂ ਹੋ ਜੂਗਾ ਨਾ ਜੀ, ਉਹ ਬੁਸਬੁਸਾ ਜਿਹਾ ਹੋ ਜਾਂਦਾ। ਅੱਛਾ ਜੀ। ਦੇਖੋ, ਜਿਹੜਾ ਅਚਾਰ 'ਚ ਪਾਣੀ ਦੀ ਮਾਤਰਾ ਨਾ, ਜੇ 5% ਅਸੀਂ ਘਟਾ ਲਈ, ਮੰਨ ਲਓ ਪਾਣੀ ਦੀ ਮਾਤਰਾ 70% 'ਤੇ ਲੈ ਆਉਂਦਾ, ਡਰਾਈ ਮੈਟਰ ਅਸੀਂ 30 'ਤੇ ਲੈ ਆਉਂਦਾ ਜੀ, ਉਹਨੇ ਹਜ਼ਮ ਬੜੀ ਜਲਦੀ ਹੋਣਾ। ਠੀਕ ਹੈ ਜੀ। ਮੰਨ ਲਓ ਕੱਟੀ ਬੱਚੀ ਨੇ ਕਿੰਨਾ ਖਾਣਾ, 2-3 ਕਿਲੋ ਤੋਂ ਵੱਧ ਨਹੀਂ ਖਾਣਾ ਕੱਟੀ ਬੱਚੀ ਨੇ, ਠੀਕ ਹੈ ਜੀ। ਪਰ ਇਹ ਅਚਾਰ ਦਾ ਨਾ ਬੇਸ ਹੈ। ਹੁਣ ਤੁਸੀਂ ਦੇਖੋ, ਤੁਹਾਡੀ ਇੱਕ ਸਿੰਪਲ, ਮੈਂ ਤੁਹਾਨੂੰ ਇਹਦੇ ਵਿੱਚ ਉਦਾਹਰਣ ਦਿੰਦਾ ਜੀ, ਤੁਹਾਡੇ ਕੋਲ ਇੱਕ ਵਧੀਆ 15-20 ਲੀਟਰ ਵਾਲੀ ਮੱਝ ਹੈ ਜਾਂ 25-30 ਲੀਟਰ ਵਾਲੀ ਗਾਂ ਹੈ। ਹਾਂਜੀ। ਜੇ ਅਚਾਰ ਦੇ ਵਿੱਚ ਡਰਾਈ ਮੈਟਰ ਤੁਹਾਡਾ ਮੰਨ ਲਓ 25-26% ਹੈ, ਤਾਂ ਉਹਨੇ ਅਚਾਰ ਖਾਣਾ ਮਸਾਂ 25-26 ਕਿਲੋ ਹੀ, ਠੀਕ ਹੈ ਜੀ। ਹੁਣ ਤੁਸੀਂ ਅਚਾਰ ਨੂੰ ਸੁਕਾ ਲਿਆ, ਉਹ ਅਚਾਰ 'ਚ ਡਰਾਈ ਮੈਟਰ ਤੁਹਾਡਾ ਹੋ ਗਿਆ 30-32%, ਉਹ ਅਚਾਰ ਉਹਨੇ ਖਾ ਲੈਣਾ, ਕਿਉਂਕਿ ਕੁਆਂਟਿਟੀ ਤਾਂ ਉਨੀ ਬਣੀ ਨਾ, ਪਾਣੀ ਘੱਟ ਗਿਆ,
ਉਹਨੇ ਅਚਾਰ ਜੇ ਖਾ ਲਿਆ 30 ਕਿਲੋ, 5 ਕਿਲੋ ਵੱਧ ਖਾ ਲਿਆ, 5 ਕਿਲੋ ਅਚਾਰ ਦੀ ਕੀਮਤ ਘਰੇ ਲਾਓ ਤਾਂ 5 ਰੁਪਏ ਹਿਸਾਬ ਨਾਲ 25 ਰੁਪਏ ਬਣੀ, ਤੁਹਾਡੀ 2 ਕਿਲੋ ਫੀਡ ਬਣ ਜਾਣੀ ਹੈ। 2 ਕਿਲੋ ਫੀਡ ਅੱਜ ਦੀ ਡੇਟ 'ਚ 70 ਰੁਪਈਏ ਦੀ ਹੈ, ਜੇ ਅਸੀਂ 25 ਰੁਪਏ ਦਾ ਅਚਾਰ ਖਾ ਕੇ 70 ਰੁਪਏ ਦੀ ਫੀਡ ਹੈ, 70 ਤੇ 25 ਚੋਂ ਮਾਈਨਸ ਕਰ ਲਓ 40-45 ਰੁਪਏ ਅਸੀਂ ਬਚਾ ਲਏ। ਇਹ 40-45 ਰੁਪਏ ਦੀ ਇਕਨੋਮਿਕਸ ਨਾ ਫਾਰਮਰ ਨੂੰ ਸਮਝਣੀ, ਇਹ ਵੀ 40-45 ਰੁਪਏ ਦਾ 1 ਲੀਟਰ ਦੁੱਧ ਆ, ਠੀਕ ਹੈ ਜੀ, ਬਹੁਤ ਵਧੀਆ। ਜੇ 10 ਪਸ਼ੂ ਹੈ, 20 ਪਸ਼ੂ ਹੈ ਤਾਂ ਦੇਖੋ ਇਹ ਰੋਜ਼ ਦਾ ਹੀ 1000-1500 ਰੁਪਏ ਬਣ ਗਿਆ, ਬਿਲਕੁਲ। ਸੋ ਡਰਾਈ ਕਰਨਾ ਨਾ ਅੱਛਾ, ਇੱਕ ਹੋਰ 'ਚ ਕੀ ਹੈ ਪ੍ਰਗਟ ਜੀ, ਵਿਰੋਧ ਕਿੱਥੇ ਆ ਡਰਾਈ ਕਰਨ ਦਾ? ਹਾਂਜੀ, ਪਹਿਲੀ ਗੱਲ ਤਾਂ ਸਾਡੇ ਅਦਾਰੇ ਨਹੀਂ ਮੰਨਦੇ ਡਰਾਈ ਕਰਨ ਨੂੰ, ਕਿਉਂਕਿ ਆਪ ਸਾਇੰਟੀਫਿਕ ਹੈ। ਸਾਇੰਟੀਫਿਕ ਪਤਾ ਕੀ ਹੈ ਜੀ, ਦੇਖੋ ਪੱਠੇ ਤੂੜੀ ਪਾਣੀ, ਹਾਂਜੀ, ਪਸ਼ੂ ਦੀ ਖੁਰਲੀ 'ਚ ਪਾਤਾ ਸੀ, ਹਾਂਜੀ, ਉਹ 'ਚ ਟੋਟਲ ਜੋੜ ਲਈਏ ਜੇ ਅਸੀਂ, 50% ਤੋਂ ਵੱਧ ਸੁੱਕਾ ਮਾਦਾ, 50% ਤੋਂ ਘੱਟ ਸੁੱਕਾ ਮਾਦਾ ਨਹੀਂ ਹੋਣਾ ਚਾਹੀਦਾ, 50% ਡਰਾਈ ਮੈਟਰ ਹੋਣਾ ਚਾਹੀਦਾ। ਹੁਣ ਤੁਹਾਡੇ ਅਚਾਰ 'ਚ ਮੰਨ ਲਓ 70% ਪਾਣੀ ਹੈ, ਹੈ ਨਾ ਜੀ, ਤੁਹਾਡੀ ਫੀਡ 'ਚ 10% ਹੈ, ਤੁਹਾਡੀ ਤੂੜੀ 'ਚ 12-14% ਹੈ, ਤੁਸੀਂ 50% 'ਤੇ ਕਿਵੇਂ ਲੈ ਕੇ ਆਉਂਗੇ? ਕਿਉਂਕਿ ਉਹ ਪੈ ਰਹੇ 70% ਵਾਲਾ ਪੈ ਰਿਹਾ 30 ਕਿਲੋ, ਫੀਡ ਪੈ ਰਹੀ ਹੈ 5-7 ਕਿਲੋ, ਤੂੜੀ ਪੈ ਰਹੀ ਹੈ 2-3 ਕਿਲੋ। ਇਹੀ ਸਾਇੰਟੀਫਿਕ ਹੈ, ਅਸੀਂ ਜਿੰਨੀ ਦੇਰ ਖੁਰਲੀ 'ਚ ਪਸ਼ੂ ਨੇ 1 ਵਰਕੀ 'ਚ ਕਿੰਨਾ ਖਾਣਾ ਹੈ, ਤਕਰੀਬਨ ਵੱਡੇ ਪਸ਼ੂ ਨੇ ਪਾਈ ਆ 250 ਗ੍ਰਾਮ, 250 ਗ੍ਰਾਮ 'ਚ 70% ਹਿੱਸਾ ਹੁੰਦਾ ਤੂੜੀ ਅਤੇ ਪੱਠਿਆਂ ਦਾ, 30% ਹੁੰਦਾ ਦਾਣੇ ਦਾ। ਹੁਣ ਉਹ 'ਚ ਜੇ 250 ਗ੍ਰਾਮ ਖਾਧਾ, ਉਹ 'ਚ 125 ਗ੍ਰਾਮ ਤੋਂ ਵੱਧ ਪਾਣੀ ਨਹੀਂ ਜਾਣਾ ਚਾਹੀਦਾ, ਠੀਕ ਹੈ ਜੀ। ਹੁਣ ਦੱਸੋ ਇੱਦੋਂ ਵੱਡੀ ਸਾਇੰਸ ਕੀ ਹੋ ਸਕਦੀ ਹੈ? ਹਾਂਜੀ, ਹੁਣ ਅਸੀਂ ਲੋਕ ਕਹਿੰਦੇ ਵੀ ਪਾਣੀ ਤਰੌਂਕ ਦੇ ਉੱਤੇ, ਉਹ ਸਿਰਫ ਕੁਛ ਸਮੇਂ ਵਾਸਤੇ ਸਹੀ ਹੈ ਜਦੋਂ ਸੁੱਕੀ ਗਰਮੀ ਹੈ ਮਈ ਜੂਨ 'ਚ, ਠੀਕ ਹੈ ਜੀ, ਬਾਕੀ ਸਾਰਾ ਸਾਲ ਤਾਂ ਪਾਣੀ ਸੁਕਾਉਣਾ ਸੀ, ਠੀਕ ਹੈ ਜੀ। ਡਾਕਟਰ ਸਾਹਿਬ, ਇਹਦੇ ਨਾਲ ਇੱਕ ਜੁੜਿਆ ਹੋਇਆ ਹੋਰ ਹੈਗਾ ਕਿ ਕੱਟੀਆਂ ਮਛੀਆਂ ਨੂੰ ਆਪਾਂ ਤਿਆਰ ਕਰਦੇ ਹਾਂ, ਹਰ ਐਂਗਲ ਤੋਂ ਉਹਨਾਂ ਨੂੰ ਆਪਾਂ ਖੁਰਾਕ ਦਿੰਦੇ ਹੈਗੇ ਹਾਂ, ਦੁੱਧ ਆਪਾਂ ਨੂੰ ਉਹਦੀ ਮਾਤਾ ਦਾ ਪਿਆਰੇ ਹੈਗੇ ਹਾਂ, ਕਿ ਲੱਸੀ ਵੀ ਪਿਆਈ ਜਾ ਸਕਦੀ ਹੈ? ਦੇਖੋ ਲੱਸੀ ਦੀ ਨਾ, ਲੱਸੀ 'ਚ ਕਹਿੰਦੇ ਵੇ ਪ੍ਰੋਟੀਨ ਹੁੰਦਾ, ਦੇਖੋ ਪ੍ਰੋਟੀਨ ਦਾ ਰੌਲਾ ਤਾਂ ਨਾ ਜ਼ਿਆਦਾ ਪੈ ਗਿਆ, ਪ੍ਰੋਟੀਨ ਦਾ ਰੌਲਾ ਐਡਾ ਵੱਡਾ ਹੈ ਨਹੀਂ ਨਾ ਬੰਦਿਆਂ 'ਚ ਨਾ ਪਸ਼ੂਆਂ 'ਚ, ਠੀਕ ਹੈ ਜੀ, ਲੱਸੀ ਪਸ਼ੂਆਂ ਵਾਸਤੇ ਹੈ ਨਹੀਂ, ਠੀਕ ਹੈ ਜੀ, ਲੱਸੀ ਜਾਂ ਬੋਲੀ ਪਸ਼ੂਆਂ ਵਾਸਤੇ ਨਹੀਂ ਹੈਗੀ, ਉਹ ਦਿੰਦੇ ਆ ਸਾਡੇ ਵਾਸਤੇ ਆ ਉਹ ਜੀ। ਤੁਸੀਂ ਕੀ ਕਰ ਸਕਦੇ ਹੋ, ਸਿਰਫ ਨਾ ਜਿਹੜਾ ਛੋਟਾ ਕਾਫ ਹੈ, ਹਾਂਜੀ, ਉਹਨੂੰ ਕੁਛ ਦਿਨ ਵਾਸਤੇ ਦਹੀਂ ਦੇ ਸਕਦੇ ਹੋ ਕੁਛ ਦਿਨ ਵਾਸਤੇ, ਪਰ ਵਿਗਿਆਨਕ ਤਰੀਕੇ ਨਾਲ ਉਹਨੂੰ ਸੁਬਹਾ ਸ਼ਾਮ ਦੁੱਧ ਦਿਨੇ ਕਾਫ ਸਟਾਰਟਰ ਮਿਲਣਾ ਚਾਹੀਦਾ ਜੀ। ਜਦੋਂ ਕਾਫ ਸਟਾਰਟਰ ਖਾਣ ਲੱਗ ਗਿਆ, 700-800 ਗ੍ਰਾਮ ਦੁੱਧ ਕਰ ਦਿਓ ਬੰਦ, ਠੀਕ ਹੈ ਜੀ, ਫਿਰ ਉਹਨੂੰ ਸੁੱਕਾ ਪਾਉਣਾ ਸ਼ੁਰੂ ਕਰ ਦਿਓ, ਤੂੜੀ 1 ਚਮਚਾ ਪਾਓ, ਥੋੜ੍ਹੀ ਜਿਹੀ ਹੇ ਪਾ ਲਓ, ਉਦੋਂ ਬਾਅਦ 3 ਮਹੀਨੇ ਦਾ ਕਾਫ ਸਟਾਰਟਰ ਪਾਉਣਾ ਜੀ। 3 ਮਹੀਨੇ ਜੇ ਅਸੀਂ ਕਾਫ ਸਟਾਰਟਰ ਲਗਾਤਾਰ ਖਵਾ ਲਿਆ ਨਾ, ਤਾਂ ਅਸੀਂ 3 ਮਹੀਨੇ ਦੀ ਹੋ ਗਈ ਜੀ, 4th ਮਹੀਨਾ ਲੱਗ ਗਿਆ ਕੱਟੀ ਨੂੰ, ਸਿੱਧਾ ਉਹਨੂੰ ਤੁਸੀਂ ਹੀਫਰ ਫੀਡ 'ਤੇ ਸ਼ਿਫਟ ਕਰ ਸਕਦੇ ਹੋ। ਪ੍ਰਗਟ ਜੀ, ਹੀਫਰ ਫੀਡ ਨਾ ਬਣਾਉਣੀ ਕੋਈ ਔਖੀ ਨਹੀਂ, ਇਹ ਨਾ ਵਰਡ ਸ਼ਬਦ ਅੰਗਰੇਜ਼ੀ ਦੇ ਹੈ ਬੜੇ ਸੌਖੇ, ਉਲਝ ਜਾਂਦੇ ਆਪਣੇ ਆਪ। ਮੈਂ ਹੁਣ ਪਿਛਲੀ ਵੀਡੀਓ ਪਾਈ ਆਪਣੇ ਚੈਨਲ 'ਤੇ, ਕਾਫ ਸਟਾਰਟਰ ਦਾ ਪੂਰਾ ਫਾਰਮੂਲਾ ਦੱਸਿਆ ਘਰੇ ਕਿਵੇਂ ਬਣਾਉਣਾ। ਹੁਣ ਹੀਫਰ ਫੀਡ ਦੀ ਗੱਲ ਕਰੋ, ਬੱਚੀਆਂ ਲਈ ਫੀਡ ਦਿਓ ਜੀ, 10.5 ਬੜਾ ਹੀ ਸਿੰਪਲ ਹੈ। ਦੇਖੋ ਹਾਂਜੀ, ਹੀਫਰ ਫੀਡ ਦਾ ਫਾਰਮੂਲਾ ਬੜਾ ਸੌਖਾ ਹੈ, ਪਹਿਲਾਂ ਕਾਫ ਸਟਾਰਟਰ ਦੀ ਗੱਲ ਕਰ ਲਈ ਚਲੋ। ਹਾਂਜੀ, ਕਾਫ ਸਟਾਰਟਰ 'ਚ ਮੇਨ ਕੀ, ਅਸੀਂ ਕੋਰ ਸਮਝੀਏ ਪਹਿਲਾਂ, ਮੁੱਦਾ ਸਮਝਣਾ ਸੌਖਾ ਔਖਾ, ਬਾਕੀ ਉਹ ਕਾਫ ਸਟਾਰਟਰ 'ਚ ਕੀ ਹੈ, 40-45-50 ਕਿਲੋ ਤੱਕ ਵੀ ਮੱਕੀ ਪਾਓ, ਮੱਕੀ ਹੋਵੇ ਸੋਨੇ ਵਰਗੀ, ਤੁਹਾਡੇ ਸਾਹਮਣੇ ਦਲਾਈ ਹੋਵੇ, ਮੱਕੀ ਦੀ ਤੂਈ 'ਤੇ ਕਾਲਸ ਨਾ ਹੋਵੇ, ਠੀਕ ਹੈ ਜੀ। 20-25 ਕਿਲੋ 'ਚ ਸੋਇਆਬੀਨ ਦੀ ਖਲ ਪਾਓ, ਹੋ ਗਿਆ ਜੀ 75 ਦੇ ਨੇੜੇ ਲੱਗ ਗਿਆ, 70-75 ਆ ਗਿਆ। ਜੇ ਗਰਮੀ ਹੈ ਤੁਸੀਂ ਉਹਨੂੰ 10 ਕਿਲੋ ਜੌਂ ਪਾ ਲਓ, ਜੇ ਸਰਦੀ ਹੈ 10 ਕਿਲੋ ਬਾਜਰਾ ਪਾ ਲਓ, ਠੀਕ ਹੈ ਜੀ। ਉਦੋਂ ਬਾਅਦ ਕੀ ਹੈ, 5 ਕਿਲੋ ਸਰੋਂ ਦੀ ਖਲ ਪਾ ਲਓ, 5 ਕਿਲੋ ਸਰੋਂ ਦੀ ਪਾਪੜੀ ਪਾ ਲਓ, 95 ਦੇ ਨੇੜੇ ਲੱਗ ਗਿਆ। 4-5 ਕਿਲੋ ਗੁੜ ਸ਼ੱਕਰ ਪਾ ਲਓ, ਸ਼ੀਰਾ ਨਾ ਪਾਓ, ਸ਼ੀਰਾ ਵਧੀਆ ਨਹੀਂ ਹੁੰਦਾ ਹੈਗਾ ਜੀ।
ਹੁਣ ਉਹ 'ਚ ਦਵਾਈਆਂ ਕਿਹੜੀਆਂ ਪਾਉਣੀਆਂ, ਇੱਥੇ ਗਲਤੀ ਹੁੰਦੀ, ਇੱਥੇ ਲੋਕ ਘਬਰਾ ਜਾਂਦੇ, ਇੱਥੇ ਕੰਪਨੀ ਵਾਲੇ ਕਨਫਿਊਜ਼ ਕਰਦੇ ਆ। ਪਹਿਲੀ ਗੱਲ ਤਾਂ ਅਸੀਂ ਇਹ ਧਿਆਨ ਰੱਖਣਾ ਟਾਰਗੇਟ ਕੀ ਹੈ, ਦੋ ਹੀ ਟਾਰਗੇਟ ਨੇ, ਫਾਈਬਰ ਰੇਸ਼ਾ ਘੱਟ ਤੋਂ ਘੱਟ ਰੱਖਣਾ ਕਿਉਂਕਿ ਜੁਗਾਲੀ ਕਰਨ ਵਾਲਾ ਸਿਸਟਮ ਹੈ ਨਹੀਂ ਉਹ 'ਚ। ਹੁਣ ਆਪਾਂ ਗੱਲ ਕਰਦੇ ਹਾਂ ਅਸੀਂ ਬਚਾਉਣਾ ਕੀ, ਅਸੀਂ ਕੱਟੀ ਵੱਛੀ ਨੂੰ ਦੋ ਚੀਜ਼ਾਂ ਤੋਂ ਬਚਾਉਣਾ, ਇੱਕ ਤਾਂ ਜਿਹੜੇ ਜ਼ਹਿਰੀਲੇ ਤੱਤ ਜਾ ਰਹੇ ਆ ਚਾਰੇ ਰਾਹੀਂ, ਕਿਉਂਕਿ ਮੋਨੋ ਉਹ ਛੋਟੀ ਹੈ ਨਾ ਬੱਚਾ ਹਲੇ, ਹਾਂਜੀ, ਜ਼ਹਿਰੀਲੇ ਤੱਤਾਂ ਤੋਂ ਬਚਾਉਣਾ, ਇੱਕ ਜ਼ਹਿਰੀਲੇ ਤੱਤ ਜਾ ਰਹੇ ਸਾਡੇ ਪਾਣੀ ਰਾਹੀਂ, ਇੱਕ ਚਾਰੇ ਰਾਹੀਂ। ਇਸ ਕਰਕੇ ਅੱਧਾ ਕਿਲੋ ਟੌਕਸਿਨ ਬਾਈਂਡਰ ਪਾਉਣਾ ਸਭ ਤੋਂ ਵਧੀਆ ਕੁਆਲਿਟੀ ਦਾ। ਇਹ ਮਿਲੂਗਾ ਕਿੱਥੋਂ ਜੀ? ਆਪਾਂ ਪਿਛਲੇ ਦਾ ਵੀਡੀਓ ਜੋ ਟੌਕਸਿਨ ਬਾਈਂਡਰ ਦਾ ਨਾ, ਦੇਖੋ ਕੀ ਹੈ ਟੌਕਸਿਨ ਬਾਈਂਡਰ, ਮੈਂ ਤੁਹਾਨੂੰ ਦੱਸ ਦਿੰਦਾ, ਇਹਨੂੰ ਵੀ ਖੁੱਲ੍ਹ ਕੇ ਦੱਸ ਦਿਓ ਵੀ ਇਹ ਨਾਂ ਤਾਂ ਅੰਗਰੇਜ਼ੀ ਜੀ। ਟੌਕਸਿਨ ਬਾਈਂਡਰ ਜਿਹੜਾ ਹੁੰਦਾ ਜਿਹੜਾ ਜ਼ਹਿਰੀਲੇ ਤੱਤਾਂ ਨੂੰ ਬਾਈਂਡ ਕਰਦਾ, ਠੀਕ ਹੈ ਜੀ। ਦੇਖੋ ਮੈਂ ਤਾਂ ਬਿਲਕੁਲ, ਮੈਨੂੰ ਕਦੇ ਨਾ ਨਾਮ ਲੈਣ 'ਚ ਵੀ ਪਰਹੇਜ਼ ਨਹੀਂ ਹੁੰਦੀ ਪ੍ਰੋਡਕਟ ਦੇ, ਕਿਉਂਕਿ ਕਈ ਚੀਜ਼ਾਂ ਵਧੀਆ ਹੁੰਦੀਆਂ। PDF ਹੈ ਸਾਡੀ ਆਪਣੀ ਸੰਸਥਾ, ਉਹ ਇੱਕ ਪ੍ਰੋਡਕਟ ਲੈ ਰਹੀ ਹੈ ਫਰਾਂਸ ਤੋਂ, ਐਮਟੌਕਸ ਪਲੱਸ, ਠੀਕ ਹੈ ਜੀ। ਉਹ ਬੱਚਿਆਂ ਵਾਸਤੇ ਬੈਸਟ ਉਹਦੀ ਬੈਸਟ ਪ੍ਰੋਡਕਟ। ਕੰਮ ਕੀ ਕਰੇਗਾ ਜੀ? ਕੰਮ ਉਹਨੇ ਕੀ ਕਰਨਾ, ਜਿੰਨੇ ਜ਼ਹਿਰੀਲੇ ਤੱਤ ਜਾਣੇ ਆ ਪਾਣੀ 'ਚੋਂ, ਚਾਰੇ 'ਚੋਂ ਜਾਂ ਕਾਫ ਸਟਾਰਟਰ 'ਚੋਂ, ਉਹਨੇ ਬੰਨ ਦੇਣੇ ਆ ਸਾਰੇ, ਠੀਕ ਹੈ ਜੀ। ਦੂਜੀ ਚੀਜ਼ ਬੱਚਿਆਂ 'ਚ ਬਹੁਤ ਜ਼ਰੂਰੀ ਹੈ ਡਾਇਰੀਆ ਪ੍ਰਿਵੈਂਟ ਕਰਨਾ, ਮੋਕ ਲੱਗਣ ਤੋਂ ਰੋਕਣਾ। ਕਬਜ਼ੀ ਵੀ ਬਹੁਤ ਹੋ ਜਾਂਦੀ ਹੈ ਜੀ? ਕਬਜ਼ੀ ਹੁੰਦੀ ਕੀ ਹੈ ਜੀ? ਲਹੂ ਆਉਣ ਲੱਗ ਜਾਂਦਾ ਬੱਚਿਆਂ ਦੇ। ਮੈਂ ਤੁਹਾਨੂੰ ਦੱਸ ਰਿਹਾ ਜੀ, ਉਹ ਮੇਨ ਉਹਦਾ ਕਾਰਨ ਤਾਂ ਹੈਗਾ ਪੇਟ ਦੇ ਕੀੜੇ ਨੂੰ ਦਵਾਈ ਦੋ ਤਿੰਨ ਵਾਰੀ ਦੇਣੀ ਚਾਹੀਦੀ ਹੈ। ਦੂਜਾ ਕੀ ਹੈ ਜੀ, ਬੱਚੇ ਨੂੰ ਜੇ ਅਸੀਂ ਬੱਚੇ ਦੀ ਸਿਹਤ ਸਹੀ ਰੱਖਣੀ ਹੈ ਤਾਂ ਬੱਚੇ ਨੂੰ ਖੁੱਲ੍ਹਾ ਰੱਖਣਾ ਹੀ ਰੱਖਣਾ। ਅੱਛਾ ਜੀ, ਰੱਸੇ 'ਚ ਨਹੀਂ? ਅਸੀਂ ਰੱਸੀ ਬੰਨਣ ਦੀ ਗੱਲ ਨਹੀਂ ਹੈਗੀ, ਉਹ ਬੱਚਿਆਂ ਦੇ, ਤੁਸੀਂ ਦੇਖੋ ਆਪਣਾ ਛੋਟਾ ਨਿਆਣਾ ਜਿੰਨੀ ਦੇਰ ਤੱਕ ਰੁੜਨ ਨਹੀਂ ਲੱਗਦਾ ਉਹਦੇ ਪੇਟ 'ਚ ਗੈਸ ਬਣੀ ਜਾਂਦੀ ਹੈ। ਕੱਟੀਆਂ ਬੱਚੀਆਂ ਨੂੰ ਅਸੀਂ ਖੁੱਲ੍ਹਾ ਛੱਡਦੇ ਨਹੀਂ ਜੀ, ਠੀਕ ਹੈ ਜੀ, ਬੰਨੀ ਰੱਖਣਾ, ਬੰਨੀ ਰੱਖਣਾ, ਉਹਦੇ ਹਜ਼ਮ ਕਿਵੇਂ ਹੋਊਗਾ? ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਖੁੱਲ੍ਹਾ ਛੱਡਣਾ। ਆਪਾਂ ਫਾਰਮੂਲਾ ਪੂਰਾ ਕਰ ਲਈ, ਅੱਧਾ ਕਿਲੋ ਤੁਸੀਂ ਪਾਓ 'ਚ ਟੌਕਸਿਨ ਬਾਈਂਡਰ ਐਮਟੌਕਸ, ਬਹੁਤ ਜ਼ਿਆਦਾ ਵਧੀਆ। ਅੱਧਾ ਕਿਲੋ ਕਿੰਨਾ ਕੁ ਖਰਚਾ ਇਹਦਾ? ਕੁਛ ਵੀ ਨਹੀਂ ਖਰਚਾ, 150 ਰੁਪਏ ਦਾ ਪੈਣਾ ਜੀ। ਠੀਕ ਹੈ ਜੀ, ਨੋਟ ਕਰ ਲਓ ਵੀਰੇ, 150 ਰੁਪਏ ਦਾ। ਉਹਨੇ ਖਾਣਾ ਵੀ ਤਾਂ ਮਹੀਨੇ 'ਚ ਹੈ, ਠੀਕ ਹੈ, ਮਹੀਨੇ 'ਚ ਵੀ ਡੇਢ ਮਹੀਨੇ 'ਚ ਖਾਊਗਾ। ਅਤੇ ਉਸ ਤੋਂ ਬਾਅਦ ਕੀ ਹੈ, ਤੁਸੀਂ ਦੇਖੋ ਅੱਧਾ ਕਿਲੋ 'ਚ ਐਂਟੀਬਾਇਓਟਿਕ ਪਾਓ, ਐਂਟੀਬਾਇਓਟਿਕ ਆਉਂਦਾ 15% ਕਲੋਟੈਟਰਾਸਾਈਕਲਿਨ, ਠੀਕ ਹੈ ਜੀ। ਉਹ 'ਚ ਕੀ ਹੈ, ਬਫਰ ਪਾ ਲਓ, ਪਾਈਆ ਬਫਰ ਪਾ ਲਓ ਜੀ ਉਹਦੇ ਵਿੱਚ। ਹਾਂਜੀ, ਇੱਕੋ 'ਚ ਪਾਉਣਾ ਪ੍ਰੋਡਕਟ, ਬਾਹਰਲਾ ਪ੍ਰੋਡਕਟ ਇੰਡੀਆ 'ਚ ਮਿਲ ਜਾਂਦਾ, ਮੋਨੈਂਸਨ ਸੋਡੀਅਮ ਕਹਿੰਦੇ ਆ ਜਿਹਨੂੰ, ਓਕਸੀਡੀਓ ਸਟ੍ਰੈਟ ਹੁੰਦਾ ਇਹ, ਰੋਮੈਂਸਨ ਆਉਂਦਾ, ਰੋਮੈਂਸਨ ਬੈਸਟ ਇੰਡੀਆ 'ਚ ਮਿਲ ਜਾਂਦਾ ਆਰਾਮ ਨਾਲ। 5 ਗ੍ਰਾਮ ਪਾਉਣਾ ਕੁਇੰਟਲ 'ਚ, 5 ਗ੍ਰਾਮ ਹੋਣਾ, ਮਿਕਸ ਕਰ ਲੈਣਾ ਚੰਗੀ ਤਰ੍ਹਾਂ, ਠੀਕ ਹੈ। ਅਤੇ ਮਿਨਰਲ ਮਿਕਸਚਰ ਤੁਸੀਂ ਪਾਓ, ਮੈਂ ਫਿਰ ਕਹੂੰਗਾ ਵੀ ਯੂਨੀਵਰਸਿਟੀ ਦਾ ਪਾ ਲਓ, ਬਹੁਤ ਵਧੀਆ, ਵੇਰਕੇ ਦਾ ਪਾ ਲਓ। ਜੇ ਚੰਗੀਆਂ ਕੱਟੀਆਂ ਬੱਚੀਆਂ ਨੇ, ਨਸਲ ਦੀਆਂ ਨੇ, ਫਿਰ PDFA ਦਾ ਹਾਈਮੇਨ ਆਉਂਦਾ, ਠੀਕ ਹੈ ਜੀ। ਕਿਉਂਕਿ PDFA ਨਾ ਸਾਡੀ ਆਪਣੀ ਸੰਸਥਾ, ਕਿਸਾਨਾਂ ਦੀ ਸੰਸਥਾ, ਇਸ ਕਰਕੇ ਸਾਨੂੰ ਕਿਸੇ ਪ੍ਰੋਡਕਟ ਦਾ ਨਾਮ ਲੈਣ 'ਚ ਕੋਈ ਪਰਹੇਜ਼ ਨਹੀਂ ਹੁੰਦਾ। ਹਾਈਮੇਨ ਆਉਂਦਾ, ਹਾਈਮੇਨ ਤੁਸੀਂ ਪਾ ਲਓ 3 ਕਿਲੋ ਕੁਇੰਟਲ 'ਚ ਜੀ। ਹੁਣ ਦੇਖੋ ਲੋਕ ਕਿੰਨਾ ਪਾਉਂਦੇ ਆ, ਕਿਲੋ, 1.5 ਕਿਲੋ, ਇਸੇ ਕਰਕੇ ਪੂਰਾ ਨਹੀਂ। ਰੋਜ਼ ਵੀ ਤਾਂ ਦੇਖੋ ਨਾ, ਜੇ 3 ਕਿਲੋ ਪਾਇਆ ਤਾਂ ਜੇ ਉਹਨੇ ਕਿਲੋ ਫੀਡ ਦੇ ਵਿੱਚ 300 ਗ੍ਰਾਮ ਗਿਆ, ਉਹਨੇ ਖਾਣੀ ਹੈ 100 ਗ੍ਰਾਮ, 100 ਗ੍ਰਾਮ 'ਚ ਕਿੰਨਾ ਜਾਣਾ ਪਤਾ, 5-7 ਗ੍ਰਾਮ ਜਾਣਾ ਸਾਰਾ, 10 ਗ੍ਰਾਮ ਹੈ ਨਾ, ਜਾਂ ਇੱਦਾਂ। ਇਹ ਸਾਰੀ ਤਿਆਰ ਹੋ ਗਈ, ਇਹਨੂੰ ਮਿਕਸ ਕਰ ਲਿਆ ਹੈ ਨਾ, ਠੀਕ ਹੈ। ਤੁਸੀਂ ਕੀ ਧਿਆਨ ਦੇ ਰਹੇ 'ਚ, ਮੱਕੀ, ਸੋਇਆਬੀਨ, ਚੋਕਰ ਨਹੀਂ ਪਾਇਆ 'ਚ, ਮੱਕੀ, ਸੋਇਆਬੀਨ ਆਪਾਂ ਪਾਇਆ 'ਚ, ਬਾਜਰਾ, ਜੌਂ, ਸਰੋਂ ਦੀ ਪਾਪੜੀ, ਸਰੋਂ ਦੀ ਖਲ, ਇਹਨਾਂ ਦੀ ਕੁਆਲਿਟੀ ਏ ਕਲਾਸ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਪੈਣਾ ਤੁਹਾਨੂੰ 44-45 ਰੁਪਏ ਕਿਲੋ, ਠੀਕ ਹੈ ਜੀ। ਹੁਣ ਉਹਨੇ ਦੇਖੋ ਕਿੰਨੇ ਥੈਲੇ ਖਾਣੇ ਆ, 3 ਮਹੀਨੇ 'ਚ ਉਹਨੇ ਖਾਣੇ ਆ 3 ਜਾਂ 4 ਥੈਲੇ, 3 ਜਾਂ 4 ਥੈਲੇ, 25 ਕਿਲੋ ਥੈਲਾ ਤਾਂ ਕੁਇੰਟਲ ਬਣਿਆ ਤਾਂ 4500 ਦਾ ਹੀ ਬਣਿਆ। ਜਿਹੜੀ ਕੱਟੀ ਬੱਚੀ ਨੂੰ ਤੁਸੀਂ 4000 ਦਾ ਕਾਫ ਸਟਾਰਟਰ ਖਵਾਤਾ ਪਹਿਲੇ 3 ਮਹੀਨੇ 'ਚ, ਜੇ ਉਹ ਕੱਟੀ ਹੈ 3 ਸਾਲ ਦੀ ਪਹਿਲਾਂ ਸੂਆ ਦੇ ਦੂ, ਬੱਚੀ ਹੈ ਤਾਂ 2 ਸਾਲ ਦੀ ਪਹਿਲਾਂ ਸੂਆ ਦੇ ਦੂ, ਪਰ ਉਹਦੀ ਨਿਓਂ ਇੰਨੀ ਮਜ਼ਬੂਤ ਹੋ ਜਾਣੀ ਹੈ ਵੀ ਬੀਮ ਪੈ ਗਿਆ ਪੂਰਾ, ਠੀਕ ਹੈ। ਉਹ ਤੁਹਾਡੀ 5-10 ਸੂਏ ਦੇ ਕੇ ਜਾਊ ਫਿਰ, ਠੀਕ ਹੈ ਜੀ।
ਅਸੀਂ ਨਾ ਫਿਰ ਉਦੋਂ ਬਾਅਦ ਹੀਪਰਫੀਡ ਆ ਗਈ। ਹੁਣ ਹੀਪਰਫੀਡ ਦਾ ਫਾਰਮੂਲਾ ਆਪਾਂ ਗੱਲ ਕਰ ਲਈ, ਕੱਟੀਆਂ ਬੱਚੀਆਂ ਕਿੱਦਾਂ ਪਾਲਣੀਆਂ, ਠੀਕ ਹੈ ਜੀ, ਸੌਖਾ ਹੀ ਹੈ, ਉਈ ਕੰਪਲੀਕੇਟ ਕਰ ਰੱਖਿਆ ਸੀ ਜੀ। ਦੋ ਚੀਜ਼ਾਂ ਮੇਨ ਹੈ, ਮੱਕੀ ਲਓ ਵਧੀਆ 40 ਕਿਲੋ ਦੇ ਨੇੜੇ ਜੀ, 15-20 ਕਿਲੋ ਸੋਇਆਬੀਨ ਦੀ ਖਲ ਲਓ, ਮਹਿੰਗੀ ਹੈ ਪਰ ਕੱਟੀਆਂ ਬੱਚੀਆਂ ਵੀ ਸਸਤੀ ਨਹੀਂ। 2 ਲੱਖ ਰੁਪਏ ਦੀ ਬੱਚੀ ਹੈ ਜਿਹੜੀ ਅਸੀਂ ਤਿਆਰ ਕਰ ਰਹੇ ਸੀ ਜੀ, 1.25 ਲੱਖ 1.5 ਲੱਖ ਤੋਂ ਘੱਟ ਨਹੀਂ ਤਿਆਰ ਹੁੰਦੀ ਬੱਚੀ, ਛੋਟੀ ਵੀ ਨਹੀਂ ਤਿਆਰ ਹੁੰਦੀ, ਤਾਂ ਹੀ ਤਾਂ 2-2.5 ਦੀ ਵਿਕੂ। ਬਿਲਕੁਲ, 40-45 ਕਿਲੋ ਮੱਕੀ ਪਾ ਲਓ, 40 ਕਿਲੋ ਮੱਕੀ ਪਾ ਲਓ ਜੀ, 20 ਕਿਲੋ 'ਚ ਸੋਇਆਬੀਨ ਪਾ ਲਓ, 15-20 ਕਿਲੋ 15-20 ਕਿਲੋ 'ਚ ਸਰੋਂ ਦੀ ਖਲ ਪਾਓ, ਬਿਨਾਂ ਤੇਲ ਵਾਲੀ ਮਸਟਰਡ DOC, ਠੀਕ ਹੈ ਜੀ। ਹੁਣ ਅੱਗੇ ਆਪਾਂ ਗੱਲ ਕਰਾਂਗੇ, 10 ਕਿਲੋ ਚੋਕਰ ਵੀ ਪਾ ਸਕਦੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਬਾਕੀ ਉਹੀ ਹੈ, ਦੇਖੋ 2-3 ਕਿਲੋ ਮਿਨਰਲ ਮਿਕਸਚਰ ਪਾ ਲਓ ਜੀ, ਬਫਰ, ਕਿਲੋ ਨਮਕ ਪਾ ਲਓ, ਕਿਲੋ ਬਫਰ ਪਾ ਲਓ, 1/2 ਕਿਲੋ ਟੌਕਸਿਨ ਬਾਈਂਡਰ ਪਾ ਲਓ, 100 ਗ੍ਰਾਮ ਲਾਈਵ ਜੀਸਟ ਪਾ ਲਓ ਜੀ, ਅਤੇ ਇਹ ਸਾਰਾ ਬਣ ਗਿਆ ਹੈ ਨਾ ਜੀ। ਇਹ ਤੁਸੀਂ ਕਦੋਂ ਤੱਕ ਖਵਾ ਸਕਦੇ ਹੋ? ਜਦੋਂ ਤੱਕ ਉਹ ਗੱਬਣ ਵੀ ਹੋ ਗਈ ਹੈ ਅਤੇ 7-8 ਮਹੀਨੇ ਦੀ ਗੱਬਣ ਵੀ ਹੋ ਗਈ, ਠੀਕ ਹੈ ਜੀ। ਹੁਣ ਕੀ ਔਖਾ, ਠੀਕ ਹੈ, 3 ਮਹੀਨੇ ਤੋਂ ਸ਼ੁਰੂ ਹੋਇਆ ਸੀ, 3 ਮਹੀਨੇ ਤੋਂ ਸ਼ੁਰੂ ਹੋਇਆ ਸੀ। ਹੁਣ ਦੇਖੋ ਕੀ ਹੈ ਨਾ, ਅਸੀਂ ਗੜਬੜ ਕਿੱਥੇ ਕਰ ਦਿੰਦੇ ਹਾਂ, ਅਸੀਂ ਨਾ ਮੱਝ ਵਾਲੀ ਫੀਡ ਨੂੰ ਪਾਈ ਜਾਂਦੇ ਹਾਂ ਜੀ, ਜੀ ਤੇਲ ਹੁੰਦੇ ਆ ਜੀ, ਤੇਲ ਹੁੰਦੇ ਆ ਬਹੁਤ ਜ਼ਿਆਦਾ। ਹੁਣ ਤੇਲ ਦਾ ਕੀ ਹੈ, ਤੇਲ ਨੇ ਬੱਚੇ ਦਾ ਨਹੀਂ ਜਮ੍ਹਾਂ ਹੋ ਜਾਣਾ ਅਤੇ ਫੈਟ ਵੱਧ ਜਾਣੀ ਹੈ, ਅਤੇ ਆਂਡੇ ਦਾ ਨਹੀਂ ਜਮ੍ਹਾਂ ਹੋ ਜਾਣਾ, ਫੈਟ ਵੱਧ ਜਾਣੀ ਹੈ, ਉਹਦੇ ਸੈੱਲੀ ਨਹੀਂ ਕੰਮ ਕਰਨੇ। ਦੂਜੀ ਗੱਲ ਕੀ ਹੈ, ਜਿਹੜੀਆਂ ਝੋਟੀਆਂ ਬੈੜੀਆਂ ਨੇ ਇਹਨਾਂ ਦੀ ਸਿਹਤ ਦਾ ਹੱਲ ਕੀ ਹੈ, ਸਿਹਤ ਸਮੱਸਿਆਵਾਂ ਦਾ ਹੱਲ ਕੀ ਹੈ, ਇਹਨਾਂ ਨੂੰ ਖੁੱਲ੍ਹਾ ਰੱਖਣਾ ਜੀ। ਅਸੀਂ ਖੁੱਲ੍ਹਾ ਨਹੀਂ ਨਾ ਰੱਖਦੇ ਜੀ, ਤਾਂ ਹੱਲ ਹੋਣੇ ਨਹੀਂ। ਇੱਕ ਹੋਰ ਗੱਲ ਅਖੀਰਲੀ ਬੜੀ ਜ਼ਰੂਰੀ ਹੈ ਜੀ, 7-8 ਮਹੀਨੇ ਨਾ ਜੀ ਥਣ ਬਣਨੇ ਸ਼ੁਰੂ ਹੋ ਜਾਂਦੇ, ਠੀਕ ਹੈ ਜੀ। ਜੇ ਝੋਟੀ ਨੇ ਤੁਹਾਡੀ ਨੇ ਜਾਂ ਬੈੜੀ ਨੇ 4-5 ਮਹੀਨੇ ਦੁੱਧ ਲਾ ਲਿਆ, ਤਾਂ ਤੁਹਾਡੀ ਫੀਡ 'ਚ ਪ੍ਰੋਟੀਨ ਐਨਰਜੀ ਬਹੁਤ ਜ਼ਿਆਦਾ ਜਾ ਰਹੀ ਹੈ, ਫੀਡ ਕਰ ਦਿਓ ਬੰਦ। ਲੋਕ ਕੀ ਕਰਦੇ ਨਾ, ਫੀਡ ਬੰਦ ਕਰ ਦਿੰਦੇ ਆ, ਤੂੜੀ ਨਹੀਂ ਬੰਦ ਕਰਦੇ, ਠੀਕ ਹੈ ਜੀ। ਪ੍ਰੋਬਲਮ ਕੀ ਹੁੰਦੀ ਹੈ ਨਾ, ਤੂੜੀ 'ਚ ਕਈ ਵਾਰੀ ਟੌਕਸਿਨ ਬਹੁਤ ਜ਼ਿਆਦਾ ਹੁੰਦਾ, ਤੂੜੀ ਗਿੱਲੀ ਹੁੰਦੀ, ਰੇਤਾ ਵੀ ਹੋ ਸਕਦਾ ਜੀ, ਤੂੜੀ ਵੀ ਰੇਤਾ ਵੀ ਹੋ ਸਕਦਾ। ਤੂੜੀ ਬੰਦ ਕਰਨੀ ਹੈ ਜੇ ਦੁੱਧ ਪਹਿਲਾਂ ਉਤਰਿਆ, ਫੀਡ ਵੀ ਬੰਦ ਕਰਨੀ ਹੈ, ਹਰਾ ਚਾਰਾ ਪਾਓ, ਸਾਈਲੇਜ ਪਾਉਣਾ, ਬਿਲਕੁਲ ਥੋੜ੍ਹਾ ਸੁਕਾ ਕੇ ਪਾਓ, ਕਿਉਂਕਿ ਐਨਰਜੀ ਬਹੁਤ ਜ਼ਿਆਦਾ। ਫਿਰ 2-3 ਮਹੀਨੇ ਬੰਦ ਰੱਖੋ, ਦੁੱਧ ਆਮ ਉਤਰਦਾ ਝੋਟੀਆਂ ਬੇੜੀਆਂ 'ਚ, ਅਤੇ ਜਦੋਂ ਵੀ ਦੁੱਧ ਉਤਰਦਾ ਨਾ, ਜਦੋਂ ਵੀ ਉਤਰਿਆ, ਮੰਨ ਲਓ 5ਵੇਂ ਮਹੀਨੇ, 6ਵੇਂ ਮਹੀਨੇ, 7ਵੇਂ ਮਹੀਨੇ, 8ਵੇਂ ਮਹੀਨੇ, ਇਹ ਜ਼ਰੂਰੀ ਹੈ ਵੀ ਅਸੀਂ ਚੈੱਕ ਕਰਨਾ ਵੀ ਚਾਰੇ ਥਣਾਂ 'ਚ ਚੇਪਾ ਜਾਂ ਪਾਣੀ ਹੈ। ਫਰਕ ਕੀ ਹੈ ਜੀ? ਚੇਪਾ ਹੋਊਗਾ ਗੂੰਦ ਵਰਗਾ, ਠੀਕ ਹੈ ਜੀ। ਗੂੰਦ ਵਰਗਾ ਮਟੀਰੀਅਲ ਨੈਚੁਰਲੀ ਇੰਸੂਲੈਂਟ ਹੈ, ਉਹਨੇ ਅੰਦਰ ਇਨਫੈਕਸ਼ਨ ਨਹੀਂ ਜਾ ਦਿੰਦੇ ਨਹੀਂ, ਠੀਕ ਹੈ ਜੀ। ਜੇ ਚਾਰੇ ਥਣਾਂ 'ਚ ਪਾਣੀ ਬਣ ਗਿਆ ਫਿਰ ਇਨਫੈਕਸ਼ਨ ਹੋ ਗਈ। ਕੱਢਣਾ ਵੀ ਚਾਹੀਦਾ ਬਾਹਰ? ਨਹੀਂ, ਕੱਢ ਕੇ ਨਹੀਂ, ਤੁਸੀਂ ਇੱਕ ਧਾਰ ਮਾਰ ਕੇ ਦੇਖ ਲਓ, ਕੀ ਕਰਨੀ ਹੈ। ਚੇਪਾ ਹੋਣਾ ਚਾਹੀਦਾ, ਗੂੰਦ ਵਰਗਾ ਚੇਪਾ ਹੋਣਾ ਚਾਹੀਦਾ, ਤੁਸੀਂ ਹੱਥੇ ਲਾਓਗੇ ਨਾ ਤੁਹਾਨੂੰ ਪਤਾ ਲੱਗੂ ਵੀ ਚੇਪਾ ਚੇਪਾ ਜੀ। ਪਾਣੀ ਹੋਇਆ ਫਿਰ ਆਪਾਂ ਕੀ? ਪਾਣੀ ਹੋਇਆ ਜੀ, ਫਿਰ ਤਾਂ ਮਿਸਟਰਾਈਟਸ ਹੋ ਗਈ ਹੈ, ਪੈ ਗਿਆ ਪੰਗਾ। ਜੇ ਪਾਣੀ ਆ ਰਿਹਾ ਥਣਾਂ 'ਚੋਂ, ਤਾਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਤੁਸੀਂ ਦੇਖਣੀ ਹੈ? ਤੁਹਾਡਾ ਆਪਣਾ ਪੀਣ ਵਾਲਾ ਪਾਣੀ, ਉਹਦਾ TDS ਜ਼ਿਆਦਾ ਜਾਂ ਝੁੱਲੀ ਲੱਗੀ ਵੀ? ਬਿਲਕੁਲ। ਦੂਜੇ ਨੰਬਰ 'ਤੇ ਉਹਦਾ CVC ਕਰਾਓ ਫਿਰ, ਠੀਕ ਹੈ ਜੀ। CVC ਕਰਾ ਕੇ ਦੇਖੋ, ਬੜੀਆਂ ਸਾਇੰਟੀਫਿਕ ਚੀਜ਼ਾਂ ਬੜੀਆਂ ਸੌਖੀਆਂ, ਪਿੰਡ ਦੀ ਲੈਬੋਰਟਰੀ 'ਚ ਸੈਂਪਲ ਕਢਾਓ, EDTA ਵਾਇਲ ਦੇ ਵਿੱਚ ਲੈ ਜਾਓ, ਤੁਸੀਂ ਦੇਖੋ ਵੀ। CVC 'ਚ 2 ਚੀਜ਼ਾਂ ਦੇਖਣੀ ਹੈ, ਬੜੀਆਂ ਸਿੰਪਲ ਹੈ, ਕੋਈ ਬੰਦਾ ਦੇਖ ਸਕਦਾ, 10ਵੀਂ ਕਲਾਸ ਮੁੰਡਾ ਦੇਖ ਸਕਦਾ ਜੀ। ਖੂਨ ਘਟਿਆ ਕਿ ਨਹੀਂ ਘਟਿਆ, ਠੀਕ ਹੈ ਜੀ। TLC ਵਧਿਆ ਜਾਂ ਨਹੀਂ ਵਧਿਆ, ਜੇ TLC 10,000 ਦੇ ਨੇੜੇ ਹੈ ਤਾਂ ਬਹੁਤ ਸਵੀਅਰ ਇਨਫੈਕਸ਼ਨ ਹੈ, ਜੇ ਖੂਨ ਘੱਟ ਗਿਆ ਤਾਂ ਮੀਨ ਚਿੱਚਣਾ ਦੀ ਪ੍ਰੋਬਲਮ ਹੈ, ਠੀਕ ਹੈ ਜੀ। ਇੱਕ ਸਵਾਲ ਵਿੱਚ ਹੈ, ਤੁਹਾਡੀ ਬਠਿੰਡੇ ਵਾਲੀ ਆਪਣੀ ਬੜੇਮਿਆਂ ਦੀ ਪਾਈ ਕਿਤੇ ਨਹੀਂ ਪਾਏ ਆਪਾਂ, ਠੀਕ ਹੈ ਜੀ, ਕਿਉਂਕਿ ਬੜੇਮਿਆਂ 'ਚ ਹੁੰਦਾ ਗੋਸੀਪੋਲ, ਓਕੇ, ਗੋਸੀਪੋਲ ਆਇਰਨ ਦਾ ਬਾਈਂਡਰ ਹੈ,
ਓਕੇ ਆਇਰਨ ਨਾਲ ਉਹਨੇ ਲਹੂ ਦੀ ਮਾਤਰਾ ਘਟਾ ਦੂ, ਲਹੂ ਦੀ ਮਾਤਰਾ ਘਟ ਜੂ ਤੇ ਲਹੂ ਦੀ ਮਾਤਰਾ ਆਪਾਂ ਘਟਣ ਨਹੀਂ ਦੇਣੀ। ਇਹ ਜਿਹੜੀਆਂ ਸਾਰੀਆਂ ਆਪਾਂ ਦਵਾਈਆਂ ਖੁਰਾਕ ਜੋ ਪਾ ਲਿਆ ਜੀ, ਅਸਲੀ ਮਸਲਾ ਖੁਰਾਕ ਦਾ ਹੀ ਹੈ। ਖੁਰਾਕ ਆਪਾਂ ਸਹੀ ਕਰ ਲਈ, ਪਰ ਅਸਲੀ ਮਸਲਾ ਖੁਰਾਕ ਤੋਂ ਹੀ ਵੱਡਾ ਹੈਗਾ ਤੋਰੇ ਫੇਰੇ ਦਾ। ਜੇ ਕੱਟੀ ਵੱਛੀ ਝੋਟੀ ਬੈੜੀ ਬੰਨੀ ਰਹੂਗੀ ਨਾ ਜੀ, ਉਹਦੀ ਐਫ ਸੀ ਆਰ ਅਸੀਂ ਕਹਿ ਦਿੰਦੇ ਹਾਂ, ਫੀਡ ਕਨਵਰਸ਼ਨ ਰੇਸ਼ੋ, ਕਿੰਨਾ ਦਾਣਾ ਖਾ ਕੇ ਕਿੰਨਾ ਵਜ਼ਨ ਵਧਿਆ ਜੀ, ਉਹ ਨਹੀਂ ਵਜ਼ਨ ਵਧਣਾ ਫਿਰ ਉਹਦਾ, ਫਿਰ ਉਹਦਾ ਢਿੱਡ ਵਧੀ ਜਾਊਗਾ। ਕਿਸਾਨ ਭਰਾਵੋ, ਤੂੰ ਤੁਹਾਡੇ ਜਿਹੜੇ ਸਵਾਲ ਆ ਉਹ ਬੜੇ ਵਾਜਬ ਹੋਣਗੇ। ਇਸ ਵੀਡੀਓ ਨੂੰ ਇੱਥੇ ਬੰਦ ਕਰ ਰਹੇ ਹੈਗੇ ਆ, ਅਤੇ ਇਹ ਜਿਹੜੇ ਵਿਸ਼ਿਆਂ 'ਤੇ ਵੀਡੀਓ ਹੋਈ ਹੈਗੀ ਹੈ, ਇਹ ਬੜੇ ਸੈਂਸਿਟਿਵ ਵਿਸ਼ੇ ਹੈਗੇ, ਕਈ ਵੀਰਾਂ ਨੂੰ ਇਹ ਜਾਣਕਾਰੀ ਨਵੀਂ ਲੱਗਦੀ ਹੈ, ਇਹਨੂੰ ਦੂਰੀ ਵਾਰ ਵੀ ਸੁਣ ਲਿਓ, ਪਰ ਇਹ ਜਾਣਕਾਰੀ ਤੋਂ ਬਾਅਦ ਤੁਹਾਨੂੰ ਜਾਗ ਵੀ ਲੱਗ ਜਾਏਗਾ, ਤੁਹਾਡੇ ਮਨ 'ਤੇ ਪਰਛਾਵਾਂ ਵੀ ਬਣੇਗਾ ਵੀ ਤੁਹਾਡੇ ਪਸ਼ੂ ਪਾਲਣ ਦੇ ਵਿੱਚ ਕਈ ਸਮੱਸਿਆਵਾਂ ਚੱਲ ਰਹੀਆਂ, ਕੁਝ ਜਾਣਕਾਰੀਆਂ ਅਫਵਾਹਾਂ ਦੇ ਤੌਰ 'ਤੇ ਸਮਾਜ ਵਿੱਚ ਫੈਲੀਆਂ ਹੁੰਦੀਆਂ, ਕਈ ਵਾਰੀ ਆਪਾਂ ਜਦੋਂ ਉਹਨੂੰ ਲਾਗੂ ਕਰ ਲੈਂਦੇ ਹਾਂ ਫਿਰ ਆਪਣਾ ਫਾਰਮ ਖਤਰੇ ਦੀ ਘੰਟੀ ਥੱਲੇ ਆ ਜਾਂਦਾ। ਡਾਕਟਰ ਸਾਹਿਬ, ਇੱਕ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਅਤੇ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।